ਹੋਏਗੀ। ਇਸ ਤੋਂ ਇਲਾਵਾ ਅੱਜ ਜਿਹੜੀ ਆਪਣੀ ਇਹ ਮੀਟਿੰਗ ਹੈ, ਵਨ ਟੂ ਵਨ ਮੀਟਿੰਗ ਹੈ, ਇਹ ਮੇਰੀ ਇੱਛਾ ਸੀਗੀ ਕਿ ਅਸੀਂ ਇਸ ਤੋਂ ਪਹਿਲਾਂ ਕਿ ਹੁਸ਼ਿਆਰਪੁਰ ਦੇ ਵਿੱਚ ਮੈਂ ਆਪਣਾ ਸਟੈਂਟ ਸ਼ੁਰੂ ਕਰਾਂ, ਇੱਕ ਟੀਮ ਵਰਕ ਹੁੰਦਾ ਹੈ ਜਿਹੜਾ ਐਡਮਿਨਿਸਟ੍ਰੇਸ਼ਨ ਐਂਡ ਮੀਡੀਆ ਦਾ ਹੁੰਦਾ ਹੈ, ਕਿਸੇ ਵੀ ਜ਼ਿਲ੍ਹੇ ਨੂੰ ਅੱਛੀ ਤਰ੍ਹਾਂ ਚਲਾਉਣ ਲਈ, ਚਾਹੇ ਉਹ ਪੁਲਿਸ ਹੈ, ਐਡਮਿਨਿਸਟ੍ਰੇਸ਼ਨ ਹੈ, ਮੀਡੀਆ ਪਲੇਸ ਵਨ ਆਫ ਦਾ ਮੋਸਟ ਇੰਪੋਰਟੈਂਟ ਰੋਲ, ਸੋ ਇਟ ਕੈਨ ਨੋਟ ਬੀ ਐਮਫਸਾਈਜ਼ ਮੱਚ। ਸੋ ਉਹਦੇ ਲਈ ਜਿਵੇਂ ਮੇਰੇ ਤੋਂ ਪਹਿਲਾਂ ਇੱਥੇ ਸਾਰੇ ਡਿਪਟੀ ਕਮਿਸ਼ਨਰਸ ਰਹੇ ਨੇ, ਉਹਨਾਂ ਦੇ ਨਾਲ ਤੁਸੀਂ ਬਹੁਤ ਅੱਛੀ ਕੋਆਪਰੇਸ਼ਨ ਦੇ ਨਾਲ ਕੰਮ ਕੀਤਾ, ਮੇਰੀ ਉਹਨਾਂ ਨਾਲ ਗੱਲ ਵੀ ਹੋਈ ਹੈ, ਐਂਡ ਸਾਰਿਆਂ ਨੇ ਬਹੁਤ ਹੀ ਪੋਜ਼ਿਟਿਵ ਫੀਡਬੈਕ ਦਿੱਤਾ ਰਿਗਾਰਡਿੰਗ ਮੀਡੀਆ ਇਨ ਹੁਸ਼ਿਆਰਪੁਰ, ਕਿ ਜਿੱਥੇ ਇਹ ਐਡਮਿਨਿਸਟ੍ਰੇਸ਼ਨ ਦੇ ਅੱਛੇ ਕੰਮਾਂ ਨੂੰ ਤੁਸੀਂ ਹਾਈਲਾਈਟ ਕਰਦੇ ਹੋ, ਉੱਥੇ ਕੰਸਟਰਕਟਿਵ ਕ੍ਰਿਟੀਸਿਜ਼ਮ ਵੀ ਕਰਦੇ ਹੋ, ਤੁਹਾਡਾ ਫੀਡਬੈਕ ਜਿਹੜਾ ਹੈਗਾ ਉਹ ਬਹੁਤ ਇੰਪੋਰਟੈਂਟ ਹੁੰਦਾ ਸਾਡੇ ਲਈ। ਸੋ ਆਈ ਵੁੱਡ ਐਕਸਪੈਕਟ ਦ ਸੇਮ ਸਿਨਰਜੀ ਵਿਦ ਮੀ ਆਲਸੋ, ਕਿ ਜਿੱਥੇ ਤੁਹਾਨੂੰ ਲੱਗ ਰਿਹਾ ਹੈਗਾ ਕੋਈ ਕਮੀਆਂ ਹੈਗੀਆਂ, ਕੋਈ ਚੂਕ ਹੋਈ, ਤਾਂ ਤੁਸੀਂ ਸਾਨੂੰ ਦੱਸੋ, ਪੁਆਇੰਟ ਆਊਟ ਕਰੋ, ਵੀ ਵਿਲ ਵੈਲਕਮ ਇਟ, ਵੀ ਵਿਲ ਟਰਾਈ ਟੂ ਇੰਪਰੂਵ ਆਰ ਸੈਲਸ। ਐਟ ਦ ਸੇਮ ਟਾਈਮ ਮੇਰੀ ਰਿਕੁਐਸਟ ਰਹੇਗੀ ਕਿ ਜਦੋਂ ਕੋਈ ਐਡਮਿਨਿਸਟ੍ਰੇਸ਼ਨ ਵੱਲੋਂ, ਕਿਸੇ ਡਿਪਾਰਟਮੈਂਟ ਵੱਲੋਂ, ਕਿਸੇ ਅਫਸਰ ਵੱਲੋਂ ਅੱਛਾ ਕੰਮ ਕੀਤਾ ਜਾਂਦਾ ਹੈ, ਤਾਂ ਅਸੀਂ ਉਹਨੂੰ ਵੀ ਹਾਈਲਾਈਟ ਕਰਕੇ ਲੋਕਾਂ ਤੱਕ ਲੈ ਕੇ ਜਾਈਏ, ਤਾਂ ਕਿ ਸਾਨੂੰ ਹੋਰ ਇਨਕਰੇਜਮੈਂਟ ਮਿਲੇ ਟੂ ਪਰਫੋਰਮ ਬੈਟਰ।